ਯੇਸ਼ੂ ਰਾਹੀਂ ਲਕਵੇ ਦੇ ਰੋਗੀ ਨੂੰ ਚੰਗਿਆਈ। ਲੂਕਾ 5:17-26। ਇੱਕ ਦਿਨ ਯੇਸ਼ੂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫਰੀਸੀ ਅਤੇ ਕੁਝ ਨਿਯਮ ਦੇ ਉਪਦੇਸ਼ਕ ਵੀ ਉੱਥੇ ਬੈਠੇ ਸਨ। ਉਹ ਗਲੀਲ ਅਤੇ ਯਹੂਦੀ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਪ੍ਰਭੂ ਦੀ ਸਮਰੱਥ ਯੇਸ਼ੂ ਦੇ ਕੋਲ ਸੀ ਤਾਂ ਜੋ ਲੋਕਾਂ ਨੂੰ ਠੀਕ ਕਰ ਸਕੇ। ਉੱਥੇ ਇੱਕ ਮਨੁੱਖ ਸੀ ਜਿਸ ਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸ ਨੂੰ ਮੰਜੀ 'ਤੇ ਚੁੱਕੇ ਲਿਆਏ। ਉਹ ਚਾਹੁੰਦੇ ਸਨ ਕਿ ਉਹ ਉਸ ਨੂੰ ਅੰਦਰ ਲਿਜਾ ਕੇ ਯੇਸ਼ੂ ਦੇ ਸਾਹਮਣੇ ਰੱਖਣ, ਪਰ ਇੰਨੀ ਭੀੜ ਸੀ ਕਿ ਉਸ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ। ਫਿਰ ਉਹ ਛੱਤ ਉੱਤੇ ਚੜ੍ਹੇ ਅਤੇ ਕੁਝ ਕਬਰੈਲਾਂ ਕੱਢੀਆਂ ਅਤੇ ਮੰਜੇ ਸਮੇਤ ਹੇਠਾਂ ਲਾ ਦਿੱਤਾ। ਯੇਸ਼ੂ ਨੇ ਉਹਨਾਂ ਦੀ ਆਸਥਾ ਵੇਖ ਕੇ ਬਿਮਾਰ ਮਨੁੱਖ ਨੂੰ ਕਿਹਾ, ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ। ਤਾਂ ਯਹੂਦੀ ਨਿਯਮ ਦੇ ਉਪਦੇਸ਼ਕਾਂ ਅਤੇ ਫਰੀਸੀਆਂ ਨੇ ਆਪਸ ਵਿੱਚ ਸੋਚਿਆ, ਇਹ ਕੌਣ ਆਦਮੀ ਹੈ ਜੋ ਪਰਮੇਸ਼ਵਰ ਦੇ ਖਿਲਾਫ਼ ਬੋਲ ਰਿਹਾ ਹੈ, ਕਿਉਂਕਿ ਕੇਵਲ ਪ੍ਰਭੂ ਹੀ ਪਾਪ ਮਾਫ਼ ਕਰ ਸਕਦਾ ਹੈ। ਯੇਸ਼ੂ ਉਹਨਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸਨੇ ਕਿਹਾ, ਤੁਹਾਡੇ ਮਨ ਵਿੱਚ ਇਹੋ ਜਿਹੇ ਵਿਚਾਰ ਕਿਉਂ ਪੈਦਾ ਹੋ ਰਹੇ ਹਨ? ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਤੇਰੇ ਪਾਪ ਮਾਫ਼ ਹੋ ਗਏ ਜਾਂ ਉੱਠ ਅਤੇ ਚੱਲ। ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ 'ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ। ਤਾਂ ਉਸਨੇ ਅਧਰੰਗੀ ਮਨੁੱਖ ਨੂੰ ਆਖਿਆ, ਮੈਂ ਤੈਨੂੰ ਕਹਿੰਦਾ ਹਾਂ, ਖੜ੍ਹਾ ਹੋ, ਆਪਣੀ ਮੰਜੀ ਚੁੱਕ ਅਤੇ ਘਰ ਨੂੰ ਜਾ। ਤਾਂ ਉਹ ਮਨੁੱਖ ਤੁਰੰਤ ਹੀ ਉਹਨਾਂ ਦੇ ਸਾਹਮਣੇ ਉੱਠ ਖਲੋਇਆ। ਉਸਨੇ ਆਪਣੀ ਮੰਜੀ ਚੁੱਕੀ ਅਤੇ ਪਰਮੇਸ਼ਵਰ ਦੀ ਉਸਤਤ ਕਰਦਾ ਹੋਇਆ ਘਰ ਨੂੰ ਚਲਿਆ ਗਿਆ। ਉਹ ਹੈਰਾਨ ਸਨ ਅਤੇ ਉਹਨਾਂ ਨੇ ਪੂਰੀ ਇੱਜ਼ਤ ਨਾਲ ਪਰਮੇਸ਼ਵਰ ਦੀ ਉਸਤਤ ਕੀਤੀ। ਉਹਨਾਂ ਨੇ ਆਖਿਆ, ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖੀਆਂ।